ਇਸੇ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਹੈਰੀਟੇਜ ਸਿੱਖ ਸੁਸਾਇਟੀ ਵਾਲਿਆਂ ਦੇ ਜਿਨ੍ਹਾਂ ਨੇ ਅੱਜ ਦਾ ਬਹੁਤ ਹੀ ਮਹਾਨ ਦਿਹਾੜਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਇਸ ਦੇ ਨਾਲ ਹੀ ਉਹ ਵੀ ਮਹਾਨ ਦਿਹਾੜਾ ਜੋ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹਾਦਤ ਦਾ ਉਹ ਵੀ ਆਪਾਂ ਦੋਵੇਂ ਮਨਾ ਰਹੇ ਹਾਂ ਬਹੁਤ ਹੀ ਮਹਾਨ ਦਿਹਾੜੇ ਨੇ ਸਾਡੇ ਸਿੱਖ ਵਿਰਸੇ ਵਿੱਚ ਸੋ ਇਹਨਾਂ ਨੂੰ ਮਨਾਉਣਾ ਮਾਣ ਵਾਲੀ ਗੱਲ ਵੀ ਹੈ ਸੋ ਸਾਡਾ ਫਰਜ਼ ਵੀ ਬਣਦਾ ਹੈ ਜੋ ਇਹਨਾਂ ਸੇਵਾਦਾਰਾਂ ਨੇ ਮਨਾ ਕੇ ਇਹ ਗੁਰੂ ਦੀਆਂ ਖੁਸ਼ੀਆਂ ਲਈਆਂ ਨੇ ਸਾਰੀ ਸੰਗਤ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਤਹਿ ਦਿਲੋਂ ਧੰਨਵਾਦੀ ਹਾਂ ਨਾਲ ਹੀ ਧੰਨਵਾਦੀ ਹਾਂ ਮੈਂ ਇਸ ਵੇਲੇ ਹਰਬੀਰ ਸਿੰਘ ਖਹਿਰਾ ਉਹਨਾਂ ਦਾ ਕਿ ਕੁਛ ਚਿਰ ਪਹਿਲਾਂ ਸਾਡੇ ਪਾਸੋਂ ਸਾਡੇ ਬਹੁਤ ਹੀ ਮਾਣਯੋਗ ਪਿਆਰੇ ਜਨਜੀਤ ਸਿੰਘ ਖਹਿਰਾ ਸਦੀਵੀ ਵਿਛੋੜਾ ਦੇ ਗਏ ਸਨ ਔਰ ਜੋ ਉਹ ਡਿਊਟੀ ਕਰਦੇ ਸਨ ਉਸ ਮਿਸਾਲ ਨੂੰ ਅੱਗੇ ਲੈ ਕੇ ਹਰਬੀਰ ਸਿੰਘ ਉਹਨਾਂ ਨੇ ਕੀਤਾ ਹੈ ਕਿਉਂਕਿ ਹਮੇਸ਼ਾ ਹਰ ਪ੍ਰੋਗਰਾਮ ਵਿੱਚ ਉਹ ਰਿਕਾਰਡ ਕਰਿਆ ਕਰਦੇ ਸਨ ਤੁਸੀਂ ਸਾਰੇ ਜਾਣਦੇ ਹੋ ਬਹੁਤ ਹੀ ਮਾਣਯੋਗ ਸਨ ਸਾਰਿਆਂ ਦੇ ਜਾਣੇ ਪਛਾਣੇ ਸਨ ਰਣਜੀਤ ਸਿੰਘ ਜੀ ਖਹਿਰਾ ਸੋ ਹੁਣ ਤੋਂ ਜੋ ਇਹਨਾਂ ਨੂੰ ਅੱਜ ਦੇਖਿਆ ਮੈਂ ਇੱਥੇ ਕਰਦੇ ਹਾਂ ਮਨ ਖੁਸ਼ ਵੀ ਹੋਇਆ ਹੈ ਔਰ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਕਿ ਇਹਨਾਂ ਨੇ ਉਸ ਕੰਮ ਨੂੰ ਅੱਗੇ ਤੋਰਿਆ ਹੈ ਸੋ ਮੈਂ ਤਹਿ ਦਿਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਹੁਣ ਸਾਡੇ ਪਾਸ ਲਖਵਿੰਦਰ ਸਿੰਘ ਜੀ ਪਾਰਸ ਉਹਨਾਂ ਦਾ ਢਾਡੀ ਜੱਥਾ ਆਇਆ ਹੋਇਆ ਹੈ ਉਹ ਆਪ ਜੀ ਨੂੰ ਅੱਜ ਦੇ ਦਿਹਾੜੇ ਬਾਰੇ ਢਾਡੀ ਵਾਰਾਂ ਦੇ ਨਾਲ ਜੋ ਸਾਡਾ ਵਿਰਸਾ ਹੈ ਉਹ ਸੁਣਾਉਣਗੇ ਸੋ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਆਪ ਸਭ ਨੂੰ ਸੰਗਤ ਨੂੰ ਢਾਡੀ ਵਾਰਾਂ ਦੇ ਨਾਲ ਅੱਜ ਦੇ ਵਿਰਸੇ ਦੇ ਨਾਲ ਜੋੜਨ ਲਖਵਿੰਦਰ ਸਿੰਘ ਜੀ ਪਾਰਸ Oh,
ਹਰੀ ਸਤਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਜੁਗੋ ਜੁਗਾ ਟਲ ਛਤਰ ਚਵਰ ਤਖਤਾਂ ਦੇ ਮਾਲਕ ਹਾਜ਼ਰ ਹਜ਼ੂਰ ਜਾਹਰ ਜਹੂਰ ਸਰਵ ਕਲਾ ਭਰਪੂਰ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ ਤੇ ਬਰਾਜਮਾਨ ਲੋਕ ਪ੍ਰਲੋਕ ਦੇ ਸਹਾਈ ਹਰਦ ਪਦ ਤੇ ਰਾਖੇ ਮਨ ਇੱਛਤ ਰਹਿਮਤਾਂ ਦੇ ਨਾਲ ਨਵਾਜਣ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਜ ਬੈਠੀ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਸਤਿਗੁਰਾਂ ਦੀ ਨਦਰੇ ਰਹਿਮਤ ਦੇ ਨਾਲ ਜੋ ਵੀ ਮਾਈ ਭਾਈ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਹੈ ਜੁੜ ਬੈਠੇ ਹੈ ਸਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹੋਏ ਜਿਨ੍ਹਾਂ ਨੇ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ ਆਓ ਜੀ ਸਾਹਿਬਾਂ ਦੇ ਧੰਨਵਾਦੀ ਹੁੰਦੇ ਹੋਏ ਦੋਵੇਂ ਹੱਥ ਜੋੜ ਕੇ ਅਦਬ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜੇ ਹੋਏ ਨੇ ਮਹਾਰਾਜ ਜੀ ਦੇ ਘਰ ਦੇ ਹਜ਼ੂਰੀ ਕੀਰਤਨੀਆਂ ਨੇ ਸਹਿਬਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਆਪਾਂ ਸਾਰਿਆਂ ਨੂੰ ਨਿਹਾਲ ਕੀਤਾ ਹੈ ਉਪਰੰਤ ਛੋਟੇ ਛੋਟੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗੁਰਬਾਣੀ ਦਾ ਕੀਰਤਨ ਕਵਿਤਾਵਾਂ ਇਤਿਆਦਿ ਸੰਗਤਾਂ ਨੂੰ ਸਰਵਣ ਕਰਾਈਆਂ ਨੇ ਮਹਾਰਾਜ ਸਤਿਗੁਰ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਦਾਸ ਤੋਂ ਪਹਿਲਾਂ ਜੋ ਵੀ ਸਟੇਜ ਤੋਂ ਬੋਲ ਕੇ ਗਏ ਨੇ ਜਿੰਨੇ ਵੀ ਬੁਲਾਰੇ ਜਿੰਨੇ ਵੀ ਕੀਰਤਨੀਏ ਜੱਥੇ ਬੱਚੇ ਸਾਰਿਆਂ ਦਾ ਧੰਨਵਾਦੀ ਹੈ ਦਾਸ ਸਤਿਗੁਰ ਸੱਜੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਦੇ ਹੋਏ ਆਓ ਹੁਣ ਕੁਝ ਟਾਈਮ ਇਤਿਹਾਸ ਦੇ ਨਾਲ ਜੁੜੀਏ ਜੀ ਇਤਿਹਾਸ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹੈ ਜਿੱਥੇ ਕੀਰਤਨ ਤੇ ਕਥਾ ਦੀ ਮਹਾਨਤਾ ਹੈ ਬਾਣੀ ਪੜ੍ਹਨ ਦੇ ਵਾਸਤੇ ਮਹਾਰਾਜ ਜੀ ਕਹਿੰਦੇ ਨੇ ਤੇ ਬਚਨ ਵੀ ਆਉਂਦਾ ਹੈ ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਮੇਰੇ ਸਾਹਿਬ ਜੀ ਉੱਥੇ ਵੀ ਬਚਨ ਕਰਦੇ ਨੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਆਪਣੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਆਪਣੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਸੁਣਨ ਦੇ ਨਾਲ ਬੰਦਾ ਪੁੱਤਰ ਤੋਂ ਸੁਪੁੱਤਰ ਹੋ ਜਾਂਦਾ ਹੈ ਯੋਗ ਬਣ ਜਾਂਦਾ ਹੈ ਔਰ ਇਤਿਹਾਸ ਉਹ ਝਰੋਖਾ ਹੈ ਜਿਹਦੇ ਵਿੱਚੋਂ ਸਾਨੂੰ ਸਾਡੇ ਵੱਡੇ ਵਡੇਰਿਆਂ ਦੇ ਕੀਤੇ ਮਹਾਨ ਕਾਰਨਾਮੇ ਨਜ਼ਰ ਆਉਂਦੇ ਨੇ ਇਤਿਹਾਸ ਉਹ ਸ਼ੀਸ਼ਾ ਹੈ ਜਿਹਦੇ ਵਿੱਚੋਂ ਵੇਖ ਕੇ ਆਪਾਂ ਆਪਣਾ ਮੁਖੜਾ ਸਵਾਰ ਸਕਦੇ ਹਾਂ ਇਤਿਹਾਸ ਉਹ ਆਈਨਾ ਹੈ ਜਿਹਦੇ ਵਿੱਚ ਵੇਖ ਕੇ ਆਪਾਂ ਆਪਣਾ ਭਵਿੱਖ ਵੀ ਸਵਾਰ ਸਕਦੇ ਹਾਂ ਸਤਿਗੁਰ ਸੱਜੇ ਪਾਤਸ਼ਾਹ ਜੀ ਮਿਹਰ ਕਰਨ ਸਾਹਿਬ ਜੀ ਦਇਆ ਕਰਨ ਅੱਜ ਕੌਮ ਦੇ ਦੋ ਬਾਦਸ਼ਾਹ ਉਹਨਾਂ ਦੀ ਬਰਸੀ ਹੈ ਉਹਨਾਂ ਦਾ ਅੱਜ ਜਿਹੜਾ ਸਤਸੰਗ ਜੀ ਇੱਕ ਦਾ ਸ਼ਹੀਦੀ ਦਿਹਾੜਾ ਹੈ ਅਤੇ ਇੱਕ ਦਾ ਅੱਜ ਜੋਤੀ ਜੋਤ ਪੁਰਬ ਹੈ ਬਰਸੀ ਹੈ ਪਹਿਲੇ ਜਿਹੜੇ ਸ਼ਹੀਦ ਨੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਅੱਜ ਉਹਨਾਂ ਦੀ ਸਤਸੰਗ ਜੀ ਸ਼ਹੀਦੀ ਪੁਰਬ ਹੈ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਕੌਮ ਦੇ ਬਾਦਸ਼ਾਹ ਪਹਿਲੇ ਜਿਨ੍ਹਾਂ ਨੇ 8 ਸਾਲ ਰਾਜ ਕਰਕੇ ਲੋਕਾਂ ਨੂੰ ਸਿੱਖ ਰਾਜ ਦੀ ਇੱਕ ਮਿਸਾਲ ਪੇਸ਼ ਕੀਤੀ ਸਿੱਖ ਰਾਜ ਕਿਸ ਤਰ੍ਹਾਂ ਦਾ ਹੈ ਔਰ ਕਿਸ ਤਰ੍ਹਾਂ ਦਾ ਹੋਏਗਾ ਇਹ ਉਦਾਹਰਣ ਲੋਕਾਂ ਨੂੰ ਦੱਸੀ ਉਸ ਤੋਂ ਉਪਰੰਤ ਮੁਕੰਮਲ ਤੌਰ 'ਤੇ ਰਾਜ ਕਰਨ ਵਾਲੇ ਔਰ ਦੁਨੀਆਂ ਦੇ ਵਿੱਚ ਨਾ ਕੇਵਲ ਭਾਰਤ ਵਿੱਚ ਦੁਨੀਆਂ ਦੇ ਨਕਸ਼ੇ ਵਿੱਚ ਇੱਕ ਵੱਖਰੇ ਹੀ ਚਮਕੇ ਜਾਣ ਵਾਲੇ ਪੰਜਾਬ ਨੂੰ 4 ਚੰਦ ਲਾਉਣ ਵਾਲੇ 5 ਦਰਿਆਵਾਂ ਦੀ ਧਰਤੀ ਨੂੰ ਦੁਨੀਆਂ ਦੇ ਵਿੱਚ ਫੋਕਸ ਕਰਨ 'ਤੇ ਮਜਬੂਰ ਕਰਨ ਵਾਲੇ ਮਹਾਨ ਯੋਧੇ ਮਹਾਨ ਬਹਾਦਰ ਸਰਦਾਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਅੱਜ ਉਹਨਾਂ ਦੀ ਬਰਸੀ ਹੈ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਬਾਰੇ ਆ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਪਾਣੀ ਹੈ ਗੁਰਮਤਿ ਵਿਚਾਰਾਂ ਦੇ ਇਤਿਹਾਸ ਦੀ ਸਾਂਝ ਪਾਣੀ ਹੈ ਪਰ ਮੇਰਾ ਥੋੜ੍ਹਾ ਜਿਹਾ ਵਿਚਾਰ ਹੈ ਵੀ ਮੈਂ ਇਸ ਕੰਸੈਪਟ ਨੂੰ ਲੈ ਕੇ ਚੱਲਾਂ ਵੀ ਸਿੱਖ ਰਾਜ ਕਿਵੇਂ ਕਰਦੇ ਨੇ ਅਤੇ ਕਿਉਂ ਕਰਦੇ ਨੇ ਕਿਉਂ ਲੋੜ ਪਈ ਗੁਰੂ ਨਾਨਕ ਦੇਵ ਮਹਾਰਾਜ ਸੱਜੇ ਪਾਤਸ਼ਾਹ ਤੋਂ ਸਿੱਖੀ ਦੀ ਅਰੰਭਤਾ ਹੁੰਦੀ ਹੈ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਸਿੱਖ ਨੂੰ ਸਿਲੇਬਸ ਦਿੱਤਾ ਹੈ ਸਿੱਖ ਨਾਮ ਉਹਦਾ ਜਿਹੜਾ ਸਿੱਖੇ ਵਿਦਿਆਰਥੀ ਸਿੱਖਦਾ ਰਹੇ ਸਾਰੀ ਉਮਰ ਕੀ ਸਿੱਖਣਾ ਹੈ
तीन गल्लां मुख ने, नाम जपो, किरत करो ते वंड के छको। ये सिलेबस है खालसे का, यह सिलेबस है सिखी का। फिर इस तों बाद जदों इस सिलेबस ते सिख ने पूरा पहरा दिता, फिर तैम आया भी इस सिलेबस नूं पगाण वाला राज करेगा। राज उस राज का संविधान की होएगा, उस राज का कानून की होएगा, उस राज के कानून का सब तो मुढ़ला सिद्धांत होएगा जी, नानक नाम चढ़दी कला तेरे भाणे सरबत दा भला। इस मिशन नूं लैके गुरु नानक देव सच्चे पातशाह इस धरती ते आए। राज की गल गुरु नानक देव महाराज ने भी की है, जदों हिंदुस्तान ते बाबर हमला करता है सारे चुप हो गए, कोई पीर, कोई फकीर, कोई जोगी, कोई सन्यासी, कोई सिद्ध, कोई शराबक, कोई ना बोलिया। सारे ने धोवान धोना नीवियां कर लिया। जेडे राजे लड़ना चाहते सन उन्हों का भी मनोबल गेर दिता, कि लड़न की लड़ नहीं, असं मंत्र मार के सारे मन्ने कर देंगे। जे उस वक्त किसी ने आवाज बुलंद की, उस वक्त जे किसी ने गरीबों के हक में गल की, और आने वाले हमलावर नूं ललकार के आख्या वो गुरु नानक देव ही सन। बाणी च लिखिया महाराज कहिंदे ने, पाप की जंज लै काबलों ताया, जोरी मंगै दान वेला लो। वो गुरु नानक देव सच्चे पातशाह सन जिन्होंने बाबर नूं आख्या, बाबर तू बाबर नहीं, तू जाबर है जाबर। एक पासे बाबर की हकूमत आरंभ होंदी है, दिल्ली के तख्त पर राज करता है, दूजे पासे गुरु नानक देव जी का राज कायम होंदा है। दुनिया ने वेख्या कि जिस बाबर ने गुरु नानक देव जी नूं जेल में डक दिता, जदों उस गुरु नानक देव जी की शक्ति तो वह जाणू होया, जदों उस गुरु नानक देव जी की समर्था का पता लग्या, तो बाबर का तख्त गुरु नानक देव जी के चरणों में झुक गया। वह राज एक पासे दिल्ली में, तो एक पासे दिलों में, एक पासे दिल्ली में राज चलता रहा, एक पासे गुरु नानक का राज दिलों के चलता रहा। मेरे सतगुरु सच्चे पातशाह ने दिलों का राज कायम किया और यह राज निरंतर वधदा चला गया। ते लोड़ पई लोगों के दिलों के अंदर गुरु नानक के राज नूं वेख के, जे समय की सरकार तिलमिला उठी, उन्होंने पंजवें नान गुरु अर्जन देव जी नूं तत्ती तवी ते बिठा दिता। भावें तत्ती तवी ते बह गए, भावें जामी शहादत पी गए, पर मेरे सतगुरु गुरु अर्जन देव जी ने जिथे रब का भाणा मनिया, उत्थे एक चैलेंज किया समय की सरकार नूं, कि जिहड़ा दिलां दे विच राज है गुरु नानक दा, हुण जाहर भी होएगा, प्रगट भी होएगा। ते मेरे साहिब ने आख्या सी, आ जहांगीर मेरी सदा को दबाना तो मुमकिन है, मगर हयात की ललकार कौन रोकेगा। वसीले आत चवाहिल बहुत बुलंद सही, मदर बग बदलते वक्त की रफ्तार कौन रोकेगा। ऐ मेरे ख्यालों की परवाज को रोकने वाले हर गोविंद की तलवार कौन रोकेगा। इथे दिलां दा राज बार प्रगट होया। गुरु हरगोबिंद साहिब महाराज ने जारा तौर पर राज की पहली निशानी तख्त कायम कर दिता। तख्त और तख्त का नाम की रखिया जी, श्री अकाल तख्त। दुनिया के बादशाह आए, दुनिया के तख्त बने, बने ढह गए, बने ढह गए, ते मुक गए, कोई उन्होंने नाम लैण वाला नहीं रहा। पर जो राज गुरु नानक देव जी के घर में शुरू होया, जो श्री गुरु हरगोबिंद साहब जी ने तख्त कायम किया, वो अज भी कायम है, रही दुनिया तक कायम रहेगा। यह सिख सिद्धांत का मेरे सतगुरु सच्चे पातशाह ने उपदेश दिता, तो सिख निरंतर ये पहरा देंदे रहे, ना तो नाम जपिया जपना छड़िया, सिलेबस नहीं छड़िया, ध्यान रखियो सिलेबस नहीं छड़िया, ना किरत करनी छड़ी, तो ना सरबत का भला मंगना छड़िया। तो मेरे सतगुरु के प्यारे निरंतर वधदे चले गए। वो समय भी आया जदों मेरे गुरु कलगीधर पातशाह ने, धन गुरु गोबिंद सिंह जी ने सिख नूं बना दिता, सिंह बना दिता, खालसा खालसा बना के मेरे सतगुरु सच्चे पातशाह ने एक नारा बुलंद किया। मैं पढ़ांगा सारी संगतां दी आवाज चाहुंदा उस नारे अंदर। मेरे साहब ने आख्या, राज करेगा खालसा, आकी रहे ना ख्वार होए सब मिलेंगे। ये राज दा मेरे साहबां ने आसीस दे दित्ती जारा तौर ते। पहला राज कीता बाबा बंदा सिंह बहादुर ने, दूजा राज कीता बाबा बोता सिंह ते गर्जा सिंह ने, कई महीने नूरदीन दी सरा कोल राज कीता दो बहादुरां ने। तीजा राज आया सिख मिसलां दा, 12 मिसलां ने सारे पंजाब नूं वंड के राज कायम कर लिया, गरीबां नूं सुख दा साह आया। इस तों बाद अगला राज आया शेरे पंजाब महाराजा रणजीत सिंह दा। महाराजा रणजीत सिंह दे राज दी आरंभता कदों हुंदी है, जिस वक्त अहमद शाह अबदाली का पोतरा, अहमद शाह अबदाली का पोतरा
جمال شاہ ہندوستان تے چڑھ کے آیا، وہ دل میں حسرت ہے، وہ من میں امنگ ہے، دل میں سوچ ہے کہ میرا دادا بڑا ہندوستان لٹتا رہا ہے، میں بھی لٹاں گا، میں کہڑا اپنے دادے کا پوتا نہیں، یہ بھی ساتھ سنگ جی ہندوستان تے حملہ کر دیتا، پنجاب تو گاندھی نے لنگھن دیتا، جتھے نو آئے سکھ فوجاں دا راہ روکن تے اے قلعہ وچ وڑ وڑ کے اپنی جان بچاوے، آخر جس وقت ویکھیا اے بہ گیا لاہور دے قلعے وچ لک کے شب کے اندر ہی ڈینگا ماری جاوے، اندر ہی بہادری دیاں گلاں کری جاوے، میں سکھاں نو اے کر دیاں گا، میں سکھاں نو ختم کر دیاں گا، تے جدوں اس گل دا پتہ سکر چکی مصر دے جتھیدار سردار چڑھت سنگھ دے پوترے اور سردار ماہ سنگھ دے پتر شیرے پنجاب رنجیت سنگھ نو پتہ لگیا، تو شیرے پنجاب نہیں سی ادے بنے، انہاں دی عمر کیول اس وقت 18 سالاں دی سی، 18 سالاں دے رنجیت سنگھ نے 1799 ایسوی وچ جمال شاہ احمد شاہ ابدالی دا پوتا جڑا چڑھ کے آیا ہے بیٹھیا لاہور دے قلعے وچ ہزاراں فوجاں دے حفاظت واسطے، پر جس وقت پتہ لگیا بھی اڑک نو ٹنبیا جا رہا ہے، ونگار پی رہی ہے، اس وقت رنجیت سنگھ لے کے نوجواناں دی فوج جنہاں دی گنتی کیول 35 سی، 35 شسترداری بندوقاں لے کے بھر کے توڑے دار بندوقاں نوں پہنچ گئے لاہور وچ، جدوں جا کے ست سری اکال دا چھڈیا جکارا، لاہور دیاں کندھاں کمب گئیاں، 35 دے 35 سنگھاں نے اکو دم گولی داغ دتی، جدوں ہویا کھڑاکا سینک جڑے سن اوہ بھج گئے، جمال صاحب دا ہردہ تھک 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 کر کے دھڑکے، اکھوں ویکھے آ نہیں رہا باہر، کئی للکارے چھڈے کئی جکارے چھڈے، نگارے تے چوپاں لائیاں، جدوں نہ آیا نا اس وقت اس رنجیت سنگھ بہادر نے جی اج برسی ہے، سنیو انہیں پھر ست سنگھ جی ایک للکارا ماریا، ست سری اکال دا چھڈ کے جکارا، انہیں آخیا احمد شاہ دے پوترے باہر نکل، تینوں چڑھت سنگھ دا پوترا رنجیت سنگھ ونگار پاؤندا ہے،
ਜਿੱਥੇ ਲਾਹੌਰ ਦੇ ਕਿਲੇ ਦੀਆਂ ਕੰਧਾਂ ਕੰਬਣ ਲੱਗ ਪਈਆਂ, ਕਿਲੇ ਵਿੱਚ ਬੈਠਿਆ ਜਮਾਲ ਸ਼ਾਹ ਅਬਦਾਲੀ ਦਾ ਪੋਤਰਾ, ਉਹ ਥੜ ਥੜ ਕੰਬੇ। ਰਣਜੀਤ ਸਿੰਘ ਨੇ ਆਖਿਆ, ਤੇਰਾ ਦਾਦਾ ਅਬਦਾਲੀ ਚੜ੍ਹ ਕੇ ਆਉਂਦਾ ਸੀ ਤੇ ਮੇਰੇ ਦਾਦਾ ਚੜ੍ਹ ਸਿੰਘ ਨੇ ਕਈਆਂ ਦੇ ਨਾਲ ਜੰਗਾਂ ਲੜੀਆਂ ਨੇ। ਤੇਰਾ ਦਾਦੇ ਨੂੰ ਮੇਰੇ ਦਾਦੇ ਹੋਰਾਂ ਨੇ ਭਜਾਇਆ ਸੀ ਤੇ ਤੇਰੇ ਪਿਓ ਤੈਮੂਰ ਸ਼ਾਹ ਨੂੰ ਮੇਰੇ ਪਿਓ ਮਾਨ ਸਿੰਘ ਹੋਰਾਂ ਨੇ ਭਜਾਇਆ ਸੀ। ਇਹ ਤੇ ਧੁਰੋਂ ਹੀ ਰਿਸ਼ਤੇ ਬਣੇ ਹੋਏ ਨੇ ਤੇ ਹੁਣ ਤੂੰ ਅਬਦਾਲੀ ਦਾ ਪੋਤਾ ਤੇ ਮੈਂ ਚੜ੍ਹ ਸਿੰਘ ਦਾ ਪੋਤਾ ਆ ਤੇ ਇਸ ਕਰਕੇ ਜੇ ਤੈਨੂੰ ਆਪਣੇ ਦਾਦੇ ਦੀ ਬਹਾਦਰੀ ਤੇ ਮਾਣ ਆ ਤੇ ਆ ਕੇ ਟਾਕਰਾ ਕਰ। ਪਰ ਉਹਦੇ ਵਿੱਚ ਹਿੰਮਤ ਨਹੀਂ ਸੀ, ਪਿਛਲੇ ਪਾਸੋਂ ਭੱਜ ਗਿਆ, ਕਿਲ੍ਹਾ ਖਾਲੀ ਹੋ ਗਿਆ, ਕਿਲ੍ਹਾ ਖਾਲੀ ਹੋ ਗਿਆ ਤੇ ਸਿੰਘਾਂ ਨੇ ਕਰ ਲਿਆ ਕਬਜ਼ਾ। ਔਰ ਇਸ ਤਰ੍ਹਾਂ 1799 ਵਿੱਚ ਲਾਹੌਰ ਤੇ ਕਾਬਜ਼ ਹੋ ਕੇ ਸਿੱਖ ਰਾਜ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ। ਬੜੀ ਰੋਚਕ ਗੱਲ ਹੈ ਕਿ 1699 ਨੂੰ ਖਾਲਸੇ ਦੀ ਸਿਰਜਣਾ ਹੋਈ, ਰਾਜ ਕਰੇਗਾ ਖਾਲਸਾ ਕੀ ਰੇ ਨਾ ਕੋਈ ਦਾ ਨਾਰਾ ਬੁਲੰਦ ਹੋਇਆ ਤੇ ਇੱਕ ਸਦੀ ਬਾਅਦ ਸਿੱਖਾਂ ਨੇ ਮੁਕੰਮਲ ਤੌਰ ਤੇ ਰਾਜ ਵੀ ਕਾਇਮ ਕਰ ਦਿੱਤਾ। ਕਿੰਨੀਆਂ ਮੁਸੀਬਤਾਂ, ਕਿੰਨੀਆਂ ਸ਼ਹੀਦੀਆਂ, ਕਿੰਨੇ ਵਿਖੜੇ ਪੈਂਦੇ ਤੇ ਗੁਰੂ ਕਾ ਖਾਲਸਾ ਲੰਘਿਆ। ਪਰ ਦੋ ਗੱਲਾਂ ਨੇ ਇਹਨੇ ਭੁੱਲੀਆਂ, ਇੱਕ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਦੂਜਾ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਗੁਜਰਾਂ ਵਾਲੇ ਇਲਾਕੇ ਵਿੱਚ ਹੋਇਆ। ਉਹਦੇ ਜਨਮ ਤੋਂ ਪਹਿਲਾਂ ਮੈਂ ਉਹਦਾ ਥੋੜ੍ਹਾ ਜਿਹਾ ਪਿਛੋਕੜ ਦੀ ਬੇਨਤੀ ਕਰਾਂਗਾ। ਜੀਂਦ ਰਿਆਸਤ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਨਗਰ ਹੈ, ਉੱਥੇ ਦਾ ਰਾਜਾ ਸੀਗਾ ਗਜਪਤ। ਰਾਜੇ ਗਜਪਤ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਜੀਂਦ ਰਿਆਸਤ ਦੇ ਰਾਜੇ ਗਜਪਤ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਸਮਾਜ ਦੀ ਮਾੜੀ ਨੀਤੀ, ਸਮਾਜ ਦੇ ਮਾੜੇ ਪ੍ਰਚਾਰ ਦੇ ਵਿੱਚ ਉਹ ਬੱਚੀ ਨੂੰ ਜੁੰਦੀ ਨੂੰ ਹੀ ਦੱਬਣ ਲੱਗ ਪਏ ਧਰਤੀ ਵਿੱਚ। ਇਹੋ ਜਿਹਾ ਵੀ ਸਾਡੇ ਭਾਰਤ ਦੇ ਵਿੱਚ ਹੋਇਆ। ਇੱਕ ਪਾਸੇ ਦੇਵੀਆਂ ਨੂੰ ਪੂਜਿਆ ਜਾਂਦਾ ਹੈ, ਮੂਰਤੀਆਂ ਨੂੰ ਪੂਜਿਆ ਜਾਂਦਾ ਹੈ, ਜਿਹੜੀਆਂ ਸੱਚੀ ਦੀਆਂ ਜੁੰਦੀਆਂ ਦੇਵੀਆਂ ਨੇ ਉਹਨਾਂ ਨੂੰ ਗਰਭ ਦੇ ਵਿੱਚ ਕਤਲ ਕਰ ਕੀਤਾ ਜਾਂਦਾ ਹੈ। ਅੱਜ ਵੀ ਭਰੂਣ ਹੱਤਿਆ ਦਾ ਪਾਪ ਕਿੰਨਾ ਜ਼ਿਆਦਾ ਵੱਧ ਰਿਹਾ ਭਾਰਤ ਵਿੱਚ। ਜਦੋਂ ਭਰੂਣ ਹੱਤਿਆ ਵਾਲਾ ਨਹੀਂ ਸੀ ਸਿਸਟਮ, ਉਸ ਤੋਂ ਪਹਿਲਾਂ ਲੋਕ ਜੰਮਦੀ ਨੂੰ ਕੋਈ ਘੜੇ ਦੇ ਵਿੱਚ, ਕੋਈ ਇਹ ਭਾਂਡੇ ਦੇ ਵਿੱਚ ਬੰਦ ਕਰਕੇ ਧਰਤੀ 'ਤੇ ਦੱਬ ਦਿੰਦਾ ਸੀ, ਕੋਈ ਤਲਵਾਰ ਨਾਲ ਵੱਢ ਦਿੰਦਾ ਸੀ। ਇਹ ਬੜਾ ਪੁਰਾਣੀ ਇਹ ਕੁਰੀਤੀ ਹੈ ਸਾਡੇ ਸਮਾਜ ਦੀ। ਮੈਂ ਹੱਦ ਹੈਰਾਨ ਹੋ ਜਾਂਦਾ ਆ ਕਿ ਰਾਜੇ ਮਹਾਰਾਜੇ ਵੀ ਇਸ ਕੁਰੀਤੀ ਦੇ ਸ਼ਿਕਾਰ ਹੋਏ। ਕਹਿੰਦੇ ਨੇ ਉਸ ਵਕਤ ਜਦੋਂ ਰਾਜੇ ਗਜਪਤ ਨੇ ਉਸ ਆਪਣੀ ਨਵੀਂ ਬੱਚੀ ਜਿਹੜੀ ਜੰਮੀ ਬੱਚੀ ਉਹਨੂੰ ਧਰਤੀ 'ਤੇ ਦੱਬਤਾ, ਉਸ ਵਕਤ ਰੱਬ ਦੇ ਦਰਗਾਹੋਂ ਕੋਈ ਰੱਬ ਦਾ ਪਿਆਰਾ ਉਹਨੂੰ ਜਿਹੜੀ ਆ ਘੰਟੀ ਖੜਕੀ ਤੇ ਉਹ ਪਹੁੰਚ ਗਿਆ ਉੱਥੇ। ਇਹਦਾ ਨਾਂ ਸੀ ਜੀ ਬਾਬਾ ਗੁੱਦੜ ਸਿੰਘ ਜੀ। ਬਾਬਾ ਗੁੱਦੜ ਸਿੰਘ ਨਾਮ ਵਿੱਚ ਰੰਗੀ ਹੋਈ ਰੂਹ, ਉਹਨੇ ਵੇਖਿਆ ਵੀ ਇਹ ਬੱਚੇ ਨੂੰ ਦੱਬ ਕੇ ਆਏ ਨੇ। ਇੱਕਦਮ ਰੋ ਕੇ ਆਖਿਆ, ਕਰਾਏ ਬਾਪ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਤੁਹਾਨੂੰ ਫਿਟਕਾਰਾਂ ਪੈਣੀਆਂ ਨੇ। ਜਿਸ ਬੱਚੀ ਨੂੰ ਦੱਬ ਕੇ ਆਏ ਉਹ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸੋ ਕਿਉਂ ਮੰਦਾ ਆਖੀਆ ਜਿੱਤ ਜੰਮੈ ਰਾਜਾਨ। ਤੇ ਯਾਦ ਰੱਖਿਓ ਦਸਵੇਂ ਪਾਤਸ਼ਾਹ ਦਾ ਵੀ ਬਚਨ ਹੈ, ਨੜੀ ਮਾਰ ਕੁੜੀ ਮਾਰ ਸੰਗ ਨਹੀਂ ਵਰਤਣਾ। ਉਹ ਕਹਿੰਦੇ ਚਲੋ ਮੇਰੇ ਨਾਲ, ਹੁਣੇ ਜਿੱਥੇ ਬੱਚੀ ਦਬਾਈ ਹੈ ਮੈਨੂੰ ਦੱਸੋ। ਤੇ ਹਲੇ ਨਾਲ ਜਦੋਂ ਬੱਚੀ ਕੱਢੀ ਤੇ ਹੱਥ ਲਿਖਿਆ ਕਿ 5-7 ਮਿੰਟ ਧਰਤੀ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਬੱਚੀ ਨੂੰ ਕੱਢਿਆ ਗਿਆ ਤੇ ਉਹ ਜੀਵਤ ਸੀ, ਮਰੀ ਨਹੀਂ ਸੀ। ਪ੍ਰਭ ਭਾਵੈ ਬਿਨ ਸਾਸ ਦੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਉਸ ਛੋਟੀ ਜੀ ਬੱਚੀ ਨੂੰ ਗੋਦ ਵਿੱਚ ਲੈ ਕੇ ਬਾਬਾ ਗੁੱਦੜ ਸਿੰਘ ਨੇ ਉਹਦੇ ਸਿਰ ਤੇ ਹੱਥ ਫੇਰਦੇ ਆਖਿਆ, ਓਏ ਮੂਰਖ, ਤੁਸੀਂ ਬਹੁਤ ਵੱਡਾ ਅਨਰਥ ਕਰਨ ਲੱਗੇ ਸੀ, ਬਹੁਤ ਵੱਡਾ ਪਾਪ ਕਰਨ ਲੱਗੇ ਸੀ। ਇਹ ਵਿਧਾਤਾ ਰਚਨ ਹਾਰ ਹੈ, ਇਹਨੂੰ ਕੋਈ ਆਮ ਬੱਚੀ ਨਾ ਸਮਝਿਓ। ਜਿਸ ਬੱਚੀ ਨੂੰ ਤੁਸੀਂ ਮਾਰਨ ਲੱਗੇ ਸੀ, ਇਸ ਬੱਚੀ ਨੇ ਤੇ ਉਹ ਬਹਾਦਰ ਨੂੰ ਪੈਦਾ ਕਰਨਾ ਜਿਹਨੇ ਦੁਨੀਆਂ ਤੇ ਰਾਜ ਕਰਨਾ। ਕਹਿੰਦੇ ਜੀ ਅਸੀਂ ਸਮਝੇ ਨਹੀਂ। ਕਹਿੰਦੇ ਸਮਝ ਆਏਗੀ ਉਦੋਂ ਜਦੋਂ ਆਪਣੀ ਖੇਡ ਕਰਤਾਰ ਵਰਤਾ ਦੇਵੇਗਾ। ਕਹਿੰਦੇ ਇਸਨੇ ਰਾਜੇ ਨੂੰ ਜਨਮ ਦੇਣਾ, ਰਾਜੇ ਨੂੰ। ਇਹ ਗੱਲ ਸੁਣ ਕੇ ਉਹਨਾਂ ਬਾਬਾ ਜੀ ਦੀ ਗੱਲ ਮੰਨ ਲਈ ਤੇ ਉਸ ਬੱਚੀ ਨੂੰ ਘਰ ਲੈ ਆਏ। ਉਹਨੇ ਆਖਿਆ ਵੀ ਇਹਦਾ ਜਿਹੜਾ ਅੱਗੇ ਬੱਚਾ ਹੋਏਗਾ ਉਹ ਰਾਜਾ ਬਣੇਗਾ, ਤੇ ਉਹਦੇ ਨਾਂ ਕਰਕੇ ਉਹਨਾਂ ਨੇ ਨਾ ਹੀ ਉਹਦਾ ਰਾਜਕੌਰ ਰੱਖ ਦਿੱਤਾ। ਇਹ ਰਾਜਕੌਰ ਦਾ ਵਿਆਹ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਚੜ੍ਹ ਸਿੰਘ ਦੇ ਪੁੱਤਰ ਮਾਨ ਸਿੰਘ ਨਾਲ ਉਹਦਾ ਵਿਆਹ ਹੋਇਆ। ਤੇ ਇਸ ਰਾਜਕੌਰ ਦੇ ਉਧਰ ਤੋਂ ਹੀ ਔਰ ਜਥੇਦਾਰ ਮਾਨ ਸਿੰਘ ਦੇ ਘਰ ਸਤ ਸੰਗ ਜੀ 1780 ਈਸਵੀ ਅੰਦਰ ਇੱਕ ਬੱਚੇ ਨੇ ਜਨਮ ਲਿਆ,
ਜਥੇਦਾਰ ਮਾਹ ਸਿੰਘ ਜੰਗ ਜਿੱਤ ਕੇ ਆਏ ਸਨ, ਪਤਾ ਲੱਗਿਆ ਵੀ ਘਰ ਪੁੱਤਰ ਪੈਦਾ ਹੋਇਆ। ਉਹਨੇ ਆਖਿਆ ਮੈਂ ਜੰਗ ਜਿੱਤ ਕੇ ਆਇਆ, ਮਹਾਰਾਜ ਦੀ ਕਿਰਪਾ ਵਰਤੀ ਆ, ਮੇਰੇ ਪੁੱਤਰ ਦਾ ਨਾਂ ਰਣਜੀਤ ਸਿੰਘ ਹੋਏਗਾ। ਰਣਜੀਤ ਸਿੰਘ ਨਾਮ ਰੱਖਿਆ। ਬਚਪਨ ਦੇ ਵਿੱਚ ਹੀ ਇਹ ਵੀ ਰੁਚੀਆਂ ਬਾਣੀ ਵਾਲੀ, ਇਹ ਹਰ ਦਮ ਤਿਆਰ ਪਰ ਤਿਆਰ ਰਹਿਣ ਵਾਲਾ ਤੇ ਸਤ ਸੰਗਤ ਜੀ, ਥੋੜੀ ਉਮਰ ਦੇ ਵਿੱਚ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਨਾ ਜੰਗ ਦੇ ਵਿੱਚੋਂ ਬਿਮਾਰ ਹੋ ਗਏ, ਤੇ ਆ ਕੇ ਜਦੋਂ ਦੱਸਿਆ ਘਰ ਕਿ ਸਰਦਾਰ ਮਾਹ ਸਿੰਘ ਜੀ ਉਹ ਹੁਣ ਲੜ ਨਹੀਂ ਸਕਦੇ, ਉਹਨਾਂ ਦੀ ਤਬੀਅਤ ਬੜੀ ਜਿਹੜੀ ਹੈ ਨਾਜ਼ੁਕ ਹੈ, ਉਹਨਾਂ ਨੂੰ ਘਰ ਲੈ ਆਏ। ਇਹ ਛੋਟੀ ਉਮਰ ਦਾ ਬਾਲਕ ਉਸ ਘੋੜੇ ਤੇ ਸਵਾਰ ਹੋ ਕੇ ਗਾਤਰੇ ਸ੍ਰੀ ਸਾਹਿਬ ਪਾ ਕੇ ਕਹਿੰਦਾ, ਜਿੱਥੇ ਮੇਰਾ ਪਿਓ ਖੜਿਆ ਸੀ ਉੱਥੇ ਮੈਂ ਖੜਾਂਗਾ, ਮੈਂ ਆਪਣੇ ਪਿਓ ਦੀ ਜਗ੍ਹਾ ਲਵਾਂਗਾ। ਇੱਦਾਂ ਦਹਾ ਦੱਸੀਏ, ਇਹ ਰਣਜੀਤ ਸਿੰਘ ਜਿਸ ਨੂੰ ਕੁਦਰਤ ਵੱਲੋਂ ਇਹ ਰਹਿਮਤਾਂ ਸਨ, ਜਿੱਧਰ ਨੂੰ ਇਹਨੇ ਮੂੰਹ ਕੀਤਾ ਉੱਧਰ ਨੂੰ ਫਤਿਹ ਆਪੀਆਂ ਨੇ ਇਹਦੇ ਕਦਮ ਚੁੰਮੇ। ਇਸਨੇ ਲਾਹੌਰ ਫਤਿਹ ਕੀਤੀ, 1799 ਵਿੱਚ ਲਾਹੌਰ ਤੇ ਰਾਜ ਕਾਇਮ ਕਰ ਲਿਆ। ਇਸਨੇ ਅੰਮ੍ਰਿਤਸਰ ਨੂੰ ਸਿੱਖ ਰਾਜ ਦੇ ਵਿੱਚ ਮਨਾ ਲਿਆ, ਤੇ ਇਸ ਤੋਂ ਬਾਅਦ ਇਸਨੇ ਜੰਮੂ, ਇਸਨੇ ਮੁਲਤਾਨ, ਇਸਨੇ ਪਿਸ਼ੌਰ, ਇਹਨੇ ਚੀਨ ਤੱਕ ਤੇ ਆਪਣੀ ਧਾਕ ਜਮਾ ਲਈ। ਇਹੋ ਜਿਹਾ ਬਹਾਦਰ ਹੋਇਆ ਦੁਨੀਆਂ ਵਿੱਚ, ਇਹਦੇ ਨਾਲ ਦਾ ਕੋਈ ਹੋ ਨਹੀਂ ਸਕਦਾ। ਤੇ ਰੱਬ ਦੀ ਕੁਦਰਤ ਇਸ ਨੂੰ ਜਿਹੜੇ ਬਹਾਦਰ ਇਹਦੇ ਜਰਨੈਲ ਮਿਲੇ, ਉਹਨਾਂ ਵਿੱਚੋਂ ਸਰਦਾਰ ਹਰੀ ਸਿੰਘ ਨਲਵਾ, ਉਹਨਾਂ ਵਿੱਚੋਂ ਅਕਾਲੀ ਫੁੱਲਾ ਸਿੰਘ, ਸ਼ਾਮ ਸਿੰਘ ਅਟਾਰੀ ਵਰਗੇ ਇਹੋ ਜਿਹੇ ਬਹਾਦਰ ਥੰਮ ਜਿਸ ਮਹਿਲ ਨੂੰ ਲੱਗੇ ਹੋਣ, ਉਹ ਮਹਿਲ ਕਦੇ ਢਹਿਆ ਨਹੀਂ ਕਰਦਾ, ਉਹ ਮਹਿਲ ਸਾਰਾ ਬੁਲੰਦੀਆਂ ਵਿੱਚ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕਾਇਮ ਕੀਤਾ, ਜਿੱਥੇ ਅੱਜ ਮੈਂ ਬੇਨਤੀ ਕਰਾਂ, ਆਪਾਂ ਰੋਜ਼ਗਾਰ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਆਉਂਦੇ ਹਾਂ, ਅਮੈਰੀਕਾ ਕੈਨੇਡਾ ਆਉਂਦੇ ਹਾਂ ਰੋਜ਼ਗਾਰ ਵਾਸਤੇ, ਕਿਉਂਕਿ ਸਾਡੇ ਦੇਸ਼ ਦਾ ਸਿਸਟਮ ਹੀ ਉਲਟ ਪੁਲਟ ਹੋਇਆ ਪਿਆ, ਇਹੋ ਜਿਹਾ ਵਰਤ ਚੁੱਕਿਆ ਭਾਣਾ ਜਿਹੜਾ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ, ਰਾਜੇ ਸੀ ਮੁਕੱਦਮ ਕੁੱਤੇ ਜਗਾ ਜਾਏ ਜਗਾਏ ਨੇ ਬੈਠੇ ਸੁੱਤੇ, ਉਹ ਹਾਲ ਵਰਤ ਚੁੱਕਿਆ। ਇਸ ਕਰਕੇ ਸਾਨੂੰ ਰੋਜ਼ਗਾਰ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ, ਪਰ ਉਹ ਸਾਡਾ ਰਾਜ ਕਿੰਨਾ ਮਹਾਨ ਸੀ, ਸਿੱਖ ਰਾਜ ਕਿੰਨਾ ਮਹਾਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਿੱਥੇ ਭਾਰਤ ਦੇ ਵੱਡੇ ਵੱਡੇ ਬਹਾਦਰ ਸ਼ੇਰੇ ਪੰਜਾਬ ਕੋਲ ਨੌਕਰੀ ਕਰਦੇ ਸਨ, ਉੱਥੋਂ ਇੱਧਰ ਯੂਰਪ ਦੇ ਦੇਸ਼ਾਂ ਵਿੱਚੋਂ ਵੀ ਆ ਕੇ ਬਹਾਦਰ ਮਹਾਰਾਜੇ ਕੋਲ ਨੌਕਰੀ ਕਰਿਆ ਕਰਦੇ ਸਨ। ਯੂਰਪ ਦੇ ਦੇਸ਼ਾਂ ਵਿੱਚੋਂ ਆ ਕੇ ਨੌਕਰੀਆਂ ਕਰਕੇ ਆਪਣੀ ਖੁਸ਼ਕਿਸਮਤੀ ਸਮਝਦੇ ਸਨ, ਆਪਣੇ ਭਾਗ ਚੰਗੇ ਜਾਣਦੇ ਸਨ, ਤੇ ਜਨਰਲ ਤੂਰੇ ਵਰਗੇ ਮਹਾਰਾਜਾ ਰਣਜੀਤ ਸਿੰਘ ਦੇ ਸਤਸੰਗ ਜੀ ਜਰਨੈਲ ਸਨ। ਜਰਨੈਲ ਇਹ ਸਿੱਖ ਰਾਜ ਦਾ ਇੱਕ ਬਹੁਤ ਸੁਨਹਿਰਾ ਇਤਿਹਾਸ ਹੈ ਜਿਸ ਨੇ ਦੁਨੀਆਂ ਤੇ ਧਾਕ ਜਮਾਈ। ਮੈਂ ਵਿਚਾਰ ਵੀ ਕਰਨੀ ਹੈ, ਆਓ ਪਹਿਲਾਂ ਸਿੱਖ ਰਾਜ ਦੀ ਝਲਕ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਜੋ 1799 ਵਿੱਚ ਲਾਹੌਰ ਵਿੱਚ ਦਰਬਾਰੇ ਖਾਲਸਾ ਔਰ ਸਿੱਖ ਰਾਜ ਕਾਇਮ ਕੀਤਾ, ਤੇ ਵੱਧਦਾ ਵੱਧਦਾ ਕਿੱਥੇ ਤੱਕ ਉਹ ਰਾਜ ਚਲਾ ਗਿਆ, ਉਹਦਾ ਰਾਜ ਦੀ ਸੀਮਾ ਯੂਰਪ ਨਾਲੋਂ ਵੀ ਵੱਡੀ ਸੀਗੀ, ਏਡਾ ਵੱਡਾ ਉਹਦਾ ਏਰੀਆ ਸੀ, 14,500 ਮੁਰੱਬਾ ਮੀਲ ਵਿੱਚ ਇਹ ਸਿੱਖ ਰਾਜ ਫੈਲਿਆ ਹੋਇਆ ਸੀ, 1,23,000 ਬਹਾਦਰ ਫੌਜਾਂ ਸਿੱਖ ਰਾਜ ਦੀ ਕਮਾਂਡ ਵਿੱਚ ਸੀ। ਅਕਾਲੀ ਫੁੱਲਾ ਸਿੰਘ ਵਰਗੇ ਸੂਰਬੀਰ ਬਚਨ ਕੇ ਬਲੀ ਸਿੱਖ ਰਾਜ ਦੇ ਸਨ ਥਨ, ਔਰ ਮਹਾਨ ਜਰਨੈਲ ਹਰੀ ਸਿੰਘ ਨਲਵੇ ਵਰਗੇ ਮਹਾਨ ਬਹਾਦਰ ਜਿਨ੍ਹਾਂ ਦੇ ਨਾਂ ਤੋਂ ਅੱਜ ਵੀ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਨੇ, ਉਹ ਸਿੱਖ ਰਾਜ ਦੇ ਹਮ ਸਫ਼ਰ ਸਨ, ਸਿੱਖ ਰਾਜ ਦੇ ਚਾਹਵਾਨ ਸਨ। ਆਓ ਜਿਵੇਂ ਸਿੱਖ ਰਾਜ ਕਾਇਮ ਹੋਇਆ ਕਿਸ ਤਰ੍ਹਾਂ ਚੜ੍ਹਦਾ ਪਈਆਂ ਸਿੱਖ ਰਾਜ ਦੀਆਂ ਢਾਡੀ ਜਥਾ ਹੈ, ਇਉਂ ਕਹਿੰਦਾ ਹੈ।
ਸਿੱਖ ਰਾਜ ਕਾਇਮ ਕੀਤਾ ਜਿਹਦੀ ਮਿਸਾਲ ਦੁਨੀਆਂ 'ਚ ਨਹੀਂ ਕਿਤੇ ਮਿਲਦੀ। ਜੇ ਮੈਂ ਗੱਲ ਕਰਾਂ ਧਾਰਮਿਕ ਦ੍ਰਿਸ਼ਟੀ ਦੀ, ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਵਿੱਚ ਸਾਰੇ ਧਰਮ ਬਰਾਬਰ ਸਨ। ਇਹ ਦੁਨੀਆਂ ਦਾ ਪਹਿਲਾ ਧਰਮ ਰਾਜ ਸੀ ਜਿਹਦੇ ਵਿੱਚ ਦੂਜੇ ਧਰਮਾਂ ਨੂੰ ਵੀ ਆਪਣੀ ਮਨੌਤ, ਆਪਣੀ ਜਿਹੜੀ ਰੀਤੀਆਂ ਨੇ ਉਹ ਨਿਭਾਉਣ ਦੀ ਖੁੱਲ੍ਹ ਸੀਗੀ। ਸਿੱਖ ਰਾਜ ਵਿੱਚ ਇੱਕ ਵੀ ਕੋਈ ਮੰਦਰ ਨਹੀਂ ਢਾਇਆ, ਕੋਈ ਮਸੀਤ ਨਹੀਂ ਗਿਰਾਈ। ਅਤੇ ਜੇ ਆਪਾਂ ਦੂਜੇ ਬੰਨੇ ਵੇਖੀਏ, ਜੇ ਮੁਗਲਾਂ ਦਾ ਰਾਜ ਆਇਆ, ਉਹਨਾਂ ਕਿੰਨੇ ਮੰਦਰ ਤੋੜੇ ਅਤੇ ਕਿੰਨੇ ਗੁਰਦੁਆਰਿਆਂ 'ਤੇ ਅਟੈਕ ਕੀਤੇ। ਅਤੇ ਦੂਜੇ ਪਾਸੇ ਜੇ ਹਿੰਦੂਆਂ ਨੇ ਰਾਜ ਕੀਤਾ ਅਤੇ ਸਤਸੰਗ ਜੀ ਵਪਾ ਉਹਨਾਂ ਨੇ ਵੀ ਕੋਈ ਨਹੀਂ ਨਿਭਾਈ। 1984 ਅੰਦਰ ਸ੍ਰੀ ਦਰਬਾਰ ਸਾਹਿਬ 'ਤੇ ਅਟੈਕ ਕਰਕੇ ਉਹਨਾਂ ਨੇ ਸਾਡੇ ਉੱਤੇ ਬਹੁਤ ਵੱਡਾ ਕਹਿਰ ਕਮਾਇਆ। ਆਰੇ ਸਾਨੂੰ ਸਮਝ ਲੈਣਾ ਚਾਹੀਦਾ, ਦੁਨੀਆਂ ਦਾ ਇੱਕੋ ਇੱਕ ਰਾਜ ਸਿੱਖ ਰਾਜ, ਜਿਹਨੇ ਦੂਜੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਬਣਨ ਵਾਸਤੇ ਖੁੱਲ੍ਹ ਦਿੱਤੀ, ਖੁੱਲ੍ਹੇ ਦਿਲ ਦੇ ਨਾਲ ਪੈਸੇ ਦੇ ਕੇ ਬਣਵਾਏ ਆਪ, ਜਿੱਥੇ ਮੰਦਰਾਂ ਨੂੰ ਬੇਅੰਤ ਮਾਇਆ ਦਿੱਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਉੱਥੇ ਮਸੀਤਾਂ ਵੀ ਬਣਵਾਈਆਂ। ਅਤੇ ਇੱਕ ਜਿਗਰ ਆਉਂਦਾ, ਕਿਸੇ ਮੌਲਵੀ ਨੇ ਇੱਕ ਕੁਰਾਨ ਸ਼ਰੀਫ ਲਿਖੀ, ਸੁਨਹਿਰੀ ਜਿਲਦ ਵਾਲੀ, ਬਹੁਤ ਸੋਹਣੀ ਉਹਨੇ ਕੁਰਾਨ ਸ਼ਰੀਫ ਤਿਆਰ ਕੀਤੀ ਅਤੇ ਉਹਨੂੰ ਜਿਹੜਾ ਵੇਚਣ ਵਾਸਤੇ, ਉਹਦਾ ਮੁੱਲ ਪਵਾਉਣ ਵਾਸਤੇ ਉਹ ਕਈਆਂ ਨੂੰ ਪੁੱਛਿਆ ਕਿ ਇਹ ਨੇ ਉਹਨਾਂ ਸਹੀ ਕੀਮਤ ਨਹੀਂ ਲਾਈ। ਉਹਨੇ ਸੋਚਿਆ ਹੈਦਰਾਬਾਦ ਦੇ ਨਿਜ਼ਾਮ ਕੋਲ ਜਾਂਦਾ ਆ, ਉਹ ਵਧੀਆ ਇਹਦਾ ਜਿਹੜਾ ਮੇਰੀ ਮਿਹਨਤ ਦਾ ਮੁੱਲ ਬੁੱਝੇਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ ਲਾਹੌਰ ਵਿੱਚ ਏਡੇ ਮਹਾਨ ਵਿਦਵਾਨ ਨੇ, ਭਾਵੇਂ ਦੂਜੇ ਧਰਮ ਦੇ ਨੇ, ਉਹਨਾਂ ਕੋਲ ਸੱਦਿਆ, ਕਹਿੰਦੇ ਨਹੀਂ ਉੱਥੇ ਨਹੀਂ ਜਾਣਾ, ਹੈਦਰਾਬਾਦ ਕਿਉਂ ਜਾਣਾ, ਇੱਥੇ ਹੀ ਤੇਰੀ ਜਿਹੜੀ ਆ ਕਾਮਨਾ ਪੂਰੀ ਹੋਏਗੀ। ਉਹਦੀ ਮਨ ਦੀ ਇੱਛਾ ਸੀ ਕਿ ਮੈਨੂੰ 5,000 ਰੁਪਏ ਮਿਲ ਜਾਣ, ਪਰ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ 10,000 ਦੇ ਆ, 10,000 ਦੇ ਨਾਲ ਨਵਾਜਿਆ। ਅਤੇ ਉਹ ਕੁਰਾਨ ਸ਼ਰੀਫ ਫਕੀਰ ਅਜ਼ੀਜ਼ੁੱਦੀਨ ਨੂੰ ਦਿੱਤੀ, ਕਹਿੰਦੇ ਲੈ ਤੂੰ ਕੁਰਾਨ ਪੜ੍ਹਦਾ ਅਤੇ ਪੜ੍ਹਿਆ ਕਰ। ਏਡਾ ਉਦਾਰ ਚਿੱਤ ਸੀਗੇ ਮਹਾਰਾਜਾ ਰਣਜੀਤ ਸਿੰਘ। ਉਹਨਾਂ ਦੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ ਜਿੰਨਾ ਚਿਰ ਤੱਕ ਮਹਾਰਾਜੇ ਨੇ ਰਾਜ ਕੀਤਾ। 40 ਸਾਲ ਮਹਾਰਾਜੇ ਨੇ ਰਾਜ ਕੀਤਾ, 1799 ਤੋਂ ਲੈ ਕੇ 1839 ਤੱਕ, ਅਤੇ 10 ਸਾਲ ਦੇਖੋ, 10 ਸਾਲ ਮਹਾਰਾਜੇ ਰਣਜੀਤ ਸਿੰਘ ਦੀ ਮੜੀ ਨੇ ਰਾਜ ਕੀਤਾ। ਧਿਆਨ ਰੱਖਿਓ, 10 ਸਾਲ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਨੇ ਰਾਜ ਕੀਤਾ। ਮੇਰੇ ਕਹਿਣ ਤੋਂ ਭਾਵ ਕਿ ਮਹਾਰਾਜਾ ਰਣਜੀਤ ਸਿੰਘ ਭਾਵੇਂ ਮਰ ਗਿਆ ਸੀ, ਫਿਰ ਵੀ ਅੰਗਰੇਜ਼ਾਂ ਦੇ ਮਨ ਅੰਦਰ, ਵੈਰੀਆਂ ਦੇ ਮਨ ਅੰਦਰ ਪੂਰਾ ਭੈ ਰਿਹਾ, ਬਿਨਾਂ ਕਮਾਂਡਰ ਤੋਂ ਵੀ ਫੌਜਾਂ ਲੜੀਆਂ ਇੱਕ ਉਹਦੇ ਦਬਦਬੇ ਕਰਕੇ। ਮੈਂ ਬੇਨਤੀ ਕਰਾਂ, ਅਤੇ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਾਰਿਆਂ ਦਾ ਆਦਰ ਮਾਣ ਕਰਦਾ ਸੀ, ਸਾਰਿਆਂ ਦੇ ਨਾਲ ਜਿਨ੍ਹਾਂ ਦੇ ਸੰਬੰਧ ਵਧੀਆ ਸਨ, ਅੰਗਰੇਜ਼ ਜਿਨ੍ਹਾਂ ਦੇ ਨਾਲ ਸਤਲੁਜ ਦੀ ਸੰਧੀ ਹੋਈ, ਕਿਉਂਕਿ ਸਮੇਂ ਆਪਣੀ ਨਜ਼ਾਕਤ ਨਾਲ ਭਜਿਆ ਜਾ ਰਿਹਾ ਅਤੇ ਸਮੇਂ ਨੂੰ ਆਪਾਂ ਰੋਕ ਨਹੀਂ ਸਕਦੇ, ਅਤੇ ਸਮੇਂ ਮੁਤਾਬਕ ਮੈਂ ਸਮਾਪਤੀ ਕਰ ਦੇਣੀ ਹੈ। ਸਤਸੰਗ ਜੀ, ਜਿਸ ਵਕਤ ਅੰਗਰੇਜ਼ਾਂ ਦੇ ਨਾਲ ਸਤਲੁਜ ਵਾਲੀ ਸੰਧੀ ਹੋ ਗਈ, ਬਾਕੀ ਸਾਰੀ ਰਿਆਸਤਾਂ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਈ, ਪਰ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਉਹਨਾਂ ਦੀ ਜ਼ੁਰਤ ਨਹੀਂ ਸੀ ਪਈ ਉਹ ਸੰਧੀ ਨੂੰ ਤੋੜ ਸਕਣ। ਅਤੇ ਦੂਜੇ ਪਾਸੇ ਇੱਥੇ ਮੈਂ ਬੇਨਤੀ ਕਰਨੀ ਜ਼ਰੂਰੀ ਬਣਦੀ ਹੈ, 1957 ਅੰਦਰ ਇੱਕ ਮੀਟਿੰਗ ਹੋਈ ਸੀ ਪਟਿਆਲਾ ਯੂਨੀਵਰਸਿਟੀ ਅੰਦਰ, 1857 ਦੀ ਕ੍ਰਾਂਤੀ ਦੀ ਇੱਕ ਸ਼ਤਾਬਦੀ ਵਰ੍ਹੇਗੰਢ ਮਨਣ ਆ ਰਹੇ ਸਨ, ਸਾਰੇ ਧਰਮਾਂ ਦੇ ਸਾਰੇ ਵਿਦਵਾਨ ਉੱਥੇ ਪਹੁੰਚੇ ਹੋਏ ਸਨ, ਅਤੇ ਉੱਥੇ ਪਟਿਆਲਾ ਯੂਨੀਵਰਸਿਟੀ ਵਿੱਚ ਜਿਹਦੀ ਪ੍ਰਧਾਨਗੀ ਡਾਕਟਰ ਗੰਡਾ ਸਿੰਘ ਜੀ ਕਰ ਰਹੇ ਸਨ, ਕਹਿੰਦੇ ਨੇ ਜਦੋਂ ਉੱਥੇ ਗੱਲਾਂ ਹੋਈਆਂ ਵੀ 1857 ਦੀ ਕ੍ਰਾਂਤੀ ਫੇਲ ਕਿਉਂ ਹੋਈ, ਜਿਹੜਾ ਵੀ ਵਿਦਵਾਨ ਉੱਠੇ ਸਾਰੇ ਸਿੱਖਾਂ ਦੇ ਉੱਤੇ ਤੋਹਮਤਾਂ ਲਾਈ ਜਾਣ, ਸਾਰੇ ਸਿੱਖਾਂ ਦੇ ਉੱਤੇ ਭਾਂਡਾ ਫੋੜੀ ਜਾਣ ਕਿ ਸਿੱਖਾਂ ਦੇ ਕਰਕੇ ਇਹ ਜਿਹੜੀ ਹੈ ਕ੍ਰਾਂਤੀ ਸਫਲ ਨਹੀਂ ਹੋਈ। ਜਦੋਂ ਇਹ ਗੱਲਾਂ ਡਾਕਟਰ ਗੰਡਾ ਸਿੰਘ ਜੀ ਸੁਣਦੇ ਰਹੇ, ਬਹੁਤ ਵਿਦਵਾਨ ਸਨ, ਖੋਜੀ ਸਨ, ਜਿਹੜਾ ਖੋਜ ਕਰਦਾ ਨਾ ਸਤਸੰਗ ਜੀ ਉਹ ਪੰਥ ਦਾ ਭਲਾ ਕਰਦਾ, ਜਿਹੜਾ ਪੜ੍ਹਦਾ ਹੀ ਨਹੀਂ ਉਹਨੇ ਨਾ ਆਪਣਾ ਭਲਾ ਕਰਨਾ ਨਾ ਪੰਥ ਦੀ ਸੇਵਾ ਕਰਨੀ। ਇਸ ਕਰਕੇ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ ਖੋਜੀ ਉਪਜੈ ਬਾਦੀ ਬਿਨਸ ਹੈ, ਵਾਦ ਵਿਵਾਦ ਕਰਨ ਵਾਲਾ ਬਿਨਸ ਜਾਂਦਾ ਹੈ ਅਤੇ ਖੋਜ ਕਰਨ ਵਾਲਾ ਉਭਰਦਾ ਹੈ। ਉਹ ਵਿਚਾਰ ਉਸ ਵਕਤ ਪਹਿਲਾਂ ਤੋਂ ਉਹਨਾਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਰਿਜ਼ਾਇਨ ਦਿੱਤਾ, ਅਤੇ ਫਿਰ ਉਹ ਬੋਲੇ, ਕਹਿੰਦੇ ਹੁਣ ਤੁਸੀਂ ਸਾਰੇ ਬੋਲਣ, ਮੇਰੀ ਸੁਣ ਲਓ, ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਸੀਂ ਅਸੀਂ ਕ੍ਰਾਂਤੀ ਨੂੰ ਵਿਫਲ ਕੀਤਾ, ਪਹਿਲਾਂ ਤੁਸੀਂ ਆਪਣੇ ਮੰਦੇ ਹੇਠਾਂ ਲਾਠੀ ਘੁਮਾਓ, ਪੰਜਾਬੀ ਦਾ ਅਖਾਣ ਹੈ ਵੀ ਦੂਜੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਮੰਦੇ ਹੇਠਾਂ ਲਾਠੀ ਘੁਮਾ। ਅਤੇ ਜਿਵੇਂ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਗਰੀਬਾਨ ਮੇਂ ਸਿਰ ਨਹੀਂ ਮਾਂ ਕਰਦੇ।
ਕਹਿੰਦੇ ਤੁਸੀਂ ਕਿਹੜੀ ਰਾਤ ਦੀ ਗੱਲ ਕਰਦੇ ਹੋ, ਕਿਹੜੀ ਕ੍ਰਾਂਤੀ ਦੀ ਗੱਲ ਕਰਦੇ ਹੋ? ਆਪ ਹੱਥਾਂ ਨਾਲ ਲਿਖ ਕੇ ਤੁਸੀਂ ਅੰਗਰੇਜ਼ਾਂ ਨੂੰ ਆਪ ਆਪਣੀ ਰਿਆਸਤਾਂ ਦਿੱਤੀ। ਆਪ ਤੁਸੀਂ ਜਿਹੜਾ ਬਹਾਦਰ ਸ਼ਾਹ ਜ਼ਫਰ ਉਹਨੇ ਆਪ ਲਿਖਤੀ ਤੌਰ 'ਤੇ ਸਹਿਣ ਕੀਤੇ, ਅੰਗਰੇਜ਼ਾਂ ਤੋਂ ਕਰਜ਼ਾ ਲੈ ਕੇ ਸੰਧੀ ਕਰਕੇ ਪੈਸੇ ਲੈ ਕੇ ਆਪਣੀ ਰਿਆਸਤ ਦੇ ਦਿੱਤੀ। ਅਤੇ ਮੈਂ ਇੱਕ ਝਾਂਸੀ ਦੇ ਰਾਣੀ ਦਾ ਬੜਾ ਰੌਲਾ ਪਾਇਆ ਜਾਂਦਾ, ਬੜੀ ਕਹਿੰਦੇ ਲੜੀ ਉਹ ਨਹੀਂ। ਪਹਿਲੀ ਗੱਲ, ਝਾਂਸੀ ਦੀ ਰਾਣੀ ਦਾ ਵੀ ਸਮਝੌਤਾ ਹੋਇਆ ਅੰਗਰੇਜ਼ ਸਰਕਾਰ ਨਾਲ, ਉਹਨੇ ਈਸਟ ਇੰਡੀਆ ਕੰਪਨੀ ਨਾਲ ਸਮਝੌਤਾ ਕੀਤਾ, 10 ਲੱਖ ਦੇ ਵਿੱਚ ਰਿਆਸਤ ਵੇਚੀ ਸੀ ਉਹਨੇ 10 ਲੱਖ ਵਿੱਚ। 8 ਲੱਖ ਜਿਹੜੇ ਅੰਗਰੇਜ਼ ਸਰਕਾਰ ਦੇ ਚੁੱਕੀ ਸੀ, 2 ਲੱਖ ਰਹਿੰਦੇ ਸਨ, ਪਰ ਉਹਨੇ ਇੱਕ ਪਾਸੇ ਦੇ ਪੈਸੇ ਵੀ ਲੈ ਲਏ ਅਤੇ ਦੂਜੇ ਪਾਸੇ ਕ੍ਰਾਂਤੀ ਦਾ ਆਜ਼ਾਦੀ ਦਾ ਢੰਡੋਰਾ ਪਿੱਟ ਕੇ ਕਹਿੰਦੇ ਝਾਂਸੀ ਦੀ ਰਾਣੀ ਖੂਬ ਲੜੀ ਮਰਦਾਨੀ, ਉਹ ਤੋਂ ਝਾਂਸੀ ਵਾਲੀ ਰਾਣੀ। ਇੱਧਰ ਮਾਈ ਭਾਗੋ ਨੂੰ ਭੁੱਲ ਗਏ, ਉਸ ਨੂੰ ਭੁੱਲ ਗਏ ਜਿਸਨੇ ਅੰਗਰੇਜ਼ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਮਹਾਰਾਣੀ ਜਿੰਦ ਕੌਰ ਨੂੰ ਭੁੱਲ ਗਏ, ਅਤੇ ਜਿਹੜੀ ਆਪਣੀ ਰਿਆਸਤ ਆਪ ਆਪਣੇ ਹੱਥਾਂ ਦੇ ਨਾਲ ਵੇਚ ਕੇ ਉਹਨੂੰ ਵੱਡੀ ਹੀਰੋ ਬਣਾ ਦਿੱਤਾ। ਮੇਰੇ ਸਤਿਗੁਰ ਦੇ ਪਿਆਰੇ ਡਾਕਟਰ ਗੰਡਾ ਸਿੰਘ ਨੇ ਆਖਿਆ, ਦੱਸੋ ਮੈਂ ਤੁਹਾਨੂੰ ਸਬੂਤ ਦਿੰਦਾ ਆ। ਸਬੂਤ ਦਿੱਤੇ, ਸਾਰਿਆਂ ਦੀ ਬੋਲਤੀ ਬੰਦ ਕੀਤੀ, ਆਪਣੇ ਹੱਥਾਂ ਨਾਲ ਤੁਸੀਂ ਰਾਜ ਆਪਣੇ ਵੇਚੇ। ਮੁੜ ਕੇ ਜਦੋਂ ਸਤਿਸੰਗ ਜੀ ਅੰਗਰੇਜ਼ਾਂ ਨੇ ਪੰਜਾਬ ਵੱਲ ਨੂੰ ਰੁੱਖ ਕੀਤਾ, ਅੰਗਰੇਜ਼ਾਂ ਨੇ ਪੰਜਾਬ ਵੱਲੋਂ ਰੋਕ ਕੀਤਾ, ਉਹਨਾਂ ਨਾਲ ਇਕੱਲੇ ਅੰਗਰੇਜ਼ੀ ਹਮਲਾਵਰ ਨਹੀਂ ਸਨ, ਇਕੱਲੇ ਅੰਗਰੇਜ਼ੀ ਸਿਪਾਹੀ ਨਹੀਂ ਸੀ, ਸਾਰੇ ਦੇਸ਼ ਦੇ ਜਿੰਨੇ ਵੀ ਯੂਪੀ ਦੇ, MP ਦੇ ਅਤੇ ਜਿੰਨੇ ਵੀ ਮੁਗਲ ਰਿਆਸਤਾਂ ਸਨ, ਉਹ ਸਾਰੇ ਸਿਪਾਹੀ ਆਪ ਆਪਣੇ ਜਰਨੈਲ ਦੀ ਕਮਾਂਡ ਵਿੱਚ ਸਾਰਿਆਂ ਨੇ ਪੰਜਾਬ 'ਤੇ ਹਮਲਾ ਕੀਤਾ ਸੀ। 1849 ਈਸਵੀ ਅੰਦਰ ਜਦੋਂ ਜੰਗ ਹੋਈ ਅਤੇ ਸਤਿਸੰਗ ਜੀ ਫਿਰ ਵੀ ਸਿੰਘਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਫਿਰ ਵੀ ਡਰੇ ਘਬਰਾਏ ਨਹੀਂ, ਅਤੇ ਕਹਿੰਦੇ ਤੁਸੀਂ ਸਾਰੇ ਚੜ੍ਹ ਕੇ ਸਾਡੇ 'ਤੇ ਆਏ ਸਾਡੇ ਰਾਜ ਨੂੰ ਮੰਨਣ ਵਾਸਤੇ। ਅਤੇ ਇੱਥੇ ਇੱਕ ਬੇਨਤੀ ਹੋਰ ਕਰਦਿਆਂ, ਮੈਂ ਪੰਜਾਬ ਦਾ ਰਾਜ ਹੋਰ ਹੈ ਅਤੇ ਹਿੰਦੁਸਤਾਨ ਦਾ ਰਾਜ ਹੋਰ ਹੈ। ਸ਼ਾਹ ਮੁਹੰਮਦ ਨੂੰ ਪੜ੍ਹੋ, ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਅਤੇ ਮੁੱਲ ਪਾਵੇ ਜਿਹੜੇ ਖਾਲਸੇ ਨੇ ਤੇਗਾ ਮਾਰੀਆਂ ਨੇ। ਖਾਲਸੇ ਨੇ ਰਾਜ ਕਾਇਮ ਕੀਤਾ, ਪਿਛਲੇ ਦਿਨੀ ਚੀਨ ਦੇ ਨਾਲ ਸਮਝੌਤਾ ਹੋ ਰਿਹਾ ਸੀ, ਚੀਨ ਨਾਲ ਗੱਲਬਾਤ ਚੱਲ ਰਹੀ ਸੀ, ਉਹ ਕਹਿੰਦੇ ਵੀ ਜਿਹੜਾ ਤੁਸੀਂ ਸਾਡਾ ਇਲਾਕਾ ਮੱਲਿਆ ਵਾ ਸਾਨੂੰ ਵਾਪਸ ਕਰੋ। ਉਹ ਕਹਿੰਦੇ ਰਾਜ ਜਿਹੜਾ ਸੀ ਇਲਾਕਾ ਮੱਲਿਆ, ਇਹ ਹਿੰਦੁਸਤਾਨ ਦਾ ਤਾਂ ਪਹਿਲਾਂ ਵੀ ਨਹੀਂ ਸੀ, ਇਹਦੇ ਪੰਜਾਬ ਰਾਜ ਦੇ ਅਧੀਨ ਸੀ, ਪੰਜਾਬ ਦਾ ਰਾਜ ਸੀਗਾ ਇਹਦੇ 'ਤੇ, ਉਹ ਸਾਡੇ ਨਾਲ ਗੱਲ ਕਰਨ, ਤੁਹਾਡੇ ਨਾਲ ਸਾਡੀ ਗੱਲ ਹੀ ਕੋਈ ਨਹੀਂ, ਇਹ ਸਾਡਾ ਰਾਜ ਦੁਨੀਆਂ ਨੇ ਵੇਖਿਆ ਅਤੇ ਅੱਜ ਵੀ ਲੋੜ ਹੈ ਰਾਜ ਦੀ। ਰਾਜ ਬਿਨਾਂ ਨਾ ਧਰਮ ਚਲਾ ਹੈ, ਧਰਮ ਬਿਨਾਂ ਸਭ ਦਲਾ ਮਲਾ ਹੈ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਆਪ ਜੀ ਅੰਤਿਮ ਕਵਿਤਾ ਕਹਿ ਕੇ ਦਾਸ ਨੇ ਸਮਾਪਤੀ ਕਰ ਦੇਣੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਲੇਹ ਲੱਦਾਖ ਤੱਕ ਰਾਜ ਕਾਇਮ ਕੀਤਾ, ਮੁਲਤਾਨ ਔਰ ਕਾਬਲ ਕੰਧਾਰ ਅਤੇ ਦੂਰ ਤੱਕ ਰਾਜ ਕਰਨ ਵਾਲਾ, 800 ਸਾਲ ਦਾ ਇਤਿਹਾਸ ਬਦਲਣ ਵਾਲਾ, ਅਫਗਾਨ ਜਿਹੜੇ ਲਗਾਤਾਰ 8 ਸਦੀਆਂ ਸਾਡੇ ਦੇਸ਼ 'ਤੇ ਹਮਲਾ ਕਰਦੇ ਰਹੇ ਅਤੇ ਉਹਨਾਂ ਦਾ ਮੂੰਹ ਤੋੜ ਦਿੱਤਾ, ਜਿਹੜੇ ਤੋਪਾਂ ਲੈ ਕੇ ਆਉਂਦੇ ਸਨ ਉਹਨਾਂ ਦੇ ਮੋਢਾਂ 'ਤੇ ਕਈਆਂ ਰੱਖ ਦਿੱਤੀਆਂ, ਉਹ ਮਜ਼ਦੂਰੀ ਕਰਨ ਆਉਂਦੇ ਨੇ, ਹੁਣ ਹਮਲਾ ਕਰਨ ਹੀ ਆਉਂਦੇ। ਮਹਾਰਾਜਾ ਰਣਜੀਤ ਸਿੰਘ ਅਤੇ ਇਹ ਸਰਦਾਰ ਹਰੀ ਸਿੰਘ ਨਲਵੇ ਦੀ ਬਹਾਦਰੀ ਸੀ, ਅੱਜ ਉਹ ਕੌਮ ਦਾ ਹਰਮਨ ਪਿਆਰਾ ਮਹਾਰਾਜਾ, ਅੱਜ ਉਹ ਦਰਬਾਰੇ ਖਾਲਸਾ, ਅੱਜ ਉਹ 5 ਦਰਿਆਵਾਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ। ਬਿਮਾਰ ਪਿਆ, ਜ਼ਿੰਦਗੀ ਦੇ ਆਖਰੀ ਦਿਨ ਗਿਣ ਰਿਹਾ, ਆਪਣੇ ਨਾਲ ਦੇ ਸਾਰੇ ਸਿੰਘਾਂ ਨੂੰ ਸੱਦ ਕੇ ਉਹਨੇ ਦਰਬਾਰੇ ਖਾਸ ਕਰਕੇ ਸਾਰਿਆਂ ਨੂੰ ਸਮਝਾਇਆ ਕਿ ਜਥੇਬੰਦ ਰਹੋ, ਯੂਨੀਨਿਸ ਸਟਰੈਂਥ, ਜੇ ਏਕੇ ਵਿੱਚ ਰਹੇ ਤਾਂ ਰਾਜ ਰਹੇਗਾ, ਜੇ ਆਪਸ ਵਿੱਚ ਫੁੱਟ ਪੈ ਗਈ ਤਾਂ ਫਿਰ ਰਾਜ ਕੋਈ ਨਹੀਂ ਰਹਿਣਾ। ਅਤੇ ਯਾਦ ਰੱਖਿਓ, ਜੇ ਤੁਸੀਂ ਏਕਤਾ ਨਾ ਰੱਖਿਆ ਤਾਂ ਸਮਝਿਓ ਮੇਰੀ ਆਤਮਾ ਬੜੀ ਤੜਫੇਗੀ, ਜੇ ਤੁਸੀਂ ਏਕਾ ਰੱਖਿਆ ਤਾਂ ਮੈਂ ਵੀ ਖੁਸ਼ ਹੋਵਾਂਗਾ, ਮੇਰੀ ਆਤਮਾ ਖੁਸ਼ ਰਹੇਗੀ। ਇੰਨਾ ਕੁਝ ਕਹਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਸਤਿਸੰਗ ਜੀ 27 ਜੂਨ 1839 ਈਸਵੀ ਨੂੰ ਸਮੁੱਚੇ ਪੰਥ ਨੂੰ ਦੋਵੇਂ ਹੱਥ ਜੋੜ ਕੇ ਬੁਲਾ ਕੇ ਫਤਿਹ, ਕਹਿੰਦੇ ਖਾਲਸਾ ਜੀ ਫੌਜਾਂ ਚੱਲੀਆਂ, ਜਿੰਨੀ ਕੁ ਸੇਵਾ ਬਣ ਸਕੀ ਕਰ ਚੱਲਿਆ, ਭੁੱਲਾਂ ਚੁੱਕਾਂ ਦੀ ਆਪ ਜੀ ਮਾਫ਼ੀ ਅਤੇ ਦਾਸ ਵਾਸਤੇ ਅਰਦਾਸ ਕਰੋ ਕਿ ਮੈਨੂੰ ਦਰਗਾਹ ਦੇ ਵਿੱਚ ਥਾਂ ਪ੍ਰਾਪਤ ਹੋਏ। ਇਹ ਗੱਲ ਕਹਿ ਕੇ ਸ਼ੇਰੇ ਪੰਜਾਬ ਨੇ ਅੰਤਿਮ ਫਤਿਹ ਬੁਲਾਈ, ਬੁਲਾ ਕੇ ਅੰਤਿਮ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਿਖਰ ਦੁਪਹਿਰੇ 12 ਵਜੇ ਚੱਲ ਆਹੇ ਕਿਉਂ ਪਾ ਗਿਆ।
ਬਾਬਾ ਜੀ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ
ਤੇ ਬਾਕੀ ਰਹੇ ਨਾ ਕੋਈ, ਐਂ ਕਿਉਂ ਕਹਿੰਦੇ ਹੋ ਤੁਸੀਂ ਸਾਰਿਆਂ ਨੂੰ? ਬਾਕੀ ਕਹਿੰਦੇ ਕੋਈ ਰਹੇਗਾ ਹੀ ਨਹੀਂ। ਮੈਂ ਆਖਿਆ ਬਾਪੂ ਮਾਫ ਕਰ, ਤੈਨੂੰ ਸੁਣਨੇ 'ਚ ਗਲਤੀ ਲੱਗੀ ਹੈ। ਇਹ ਨਹੀਂ ਕਿਹਾ ਵੀ ਬਾਕੀ, ਜੇ ਬਾਕੀ ਕੋਈ ਰਿਹਾ ਨਹੀਂ ਤਾਂ ਰਾਜ ਕਿਹਦੇ 'ਤੇ ਕਰਨਾ ਹੈ? ਫਿਰ ਜਨਤਾ ਵੀ ਤਾਂ ਚਾਹੀਦੀ ਹੈ। ਮੈਂ ਕਿਹਾ ਬਾਪੂ ਬਾਕੀ ਨਹੀਂ, ਆਕੀ, ਆਕੀ ਅੱਖਰ ਹੈ ਆਕੀ। ਆਕੀ ਦਾ ਮਤਲਬ ਹੈ ਦੋ ਅਰਥ। ਮੈਂ ਤਾਂ ਬੜੇ ਅਰਥ ਕੀਤੇ ਨੇ, ਕਾਹਨ ਸਿੰਘ ਨਾਭਾ ਨੇ ਦੋ ਅਰਥ ਕੀਤੇ ਬੜੇ ਕਮਾਲ ਦੇ। ਇੱਕ ਆਕੀ ਦਾ ਅਰਥ ਹੈ ਦੁਖੀ ਤੇ ਇੱਕ ਆਕੀ ਦਾ ਅਰਥ ਹੈ ਵੈਰੀ। ਖਾਲਸੇ ਦੇ ਰਾਜ ਵਿੱਚ ਨਾ ਤੇ ਕੋਈ ਦੁਖੀ ਰਹੇਗਾ। ਗਰੀਬਾਂ ਦੀ ਸੁਣਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੇ ਗਰੀਬਾਂ ਦੇ ਅਨਾਜ ਸਿਰ ਤੇ ਢੋ ਢੋ ਕੇ ਘਰਾਂ ਪਹੁੰਚਾਉਣ ਵਾਲੇ, ਦੁਖੀ ਕੋਈ ਨਹੀਂ ਰਹੇਗਾ ਤੇ ਆਕੀ ਵੀ ਕੋਈ ਨਹੀਂ ਰਹੇਗਾ। ਜਿਹੜੇ ਅੱਠ ਸਦੀਆਂ ਲਗਾਤਾਰ ਹਮਲਾ ਕਰਦੇ ਰਹੇ ਉਹਨਾਂ ਦੇ ਨਾਸਾ ਭਨਤੀਆਂ, ਉਹਨਾਂ ਦੇ ਮੂੰਹ ਮੋੜ ਤੇ ਆਕੀ ਵੀ ਕੋਈ ਨਹੀਂ ਛੱਡਿਆ। ਮਹਾਰਾਜ ਜੀ ਮਿਹਰ ਕਰਨ, ਸਤਿਗੁਰੂ ਜੀ ਦਇਆ ਕਰਨ, ਜਕਾਰੇ ਗੂੰਜਦੇ ਰਹਿਣ, ਏਦਾਂ ਹੀ ਰਹਿਮਤ ਬਣੀ ਰਹੇ। ਅੰਤ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਜਿਹਨਾਂ ਸੰਗਤਾਂ ਵੱਲੋਂ ਕੀਰਤਨ ਸਰਕਾਰ ਮਾਇਆ ਭੇਜੀ ਮਹਾਰਾਜ ਬਰਕਤਾਂ ਪਾਣ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ ਜੀ, ਸ਼ੁਭ ਮਨੋਕਾਮਨਾਵਾਂ ਨੂੰ ਪੂਰਨ ਕਰਨ ਜੀ। ਗੁਰਦੁਆਰਾ ਸਿੰਘ ਸਭਾ ਦੇ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ, ਸਿੱਖ ਹੈਰੀਟੇਜ ਸੁਸਾਇਟੀ ਜਿਹੜੇ ਬਹੁਤ ਉਦਮ ਕਰਦੇ ਨੇ, ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਂਦੇ ਨੇ, ਯਾਦ ਕਰਦੇ ਨੇ। ਯਾਦ ਕਰਨ ਦੇ ਨਾਲ ਹੀ ਪਿਆਰ ਵੱਧਦਾ ਅਤੇ ਆਪਣਾ ਇਤਿਹਾਸ ਅੱਖਾਂ ਦੇ ਸਾਹਮਣੇ ਆਉਂਦਾ ਹੈ। ਇੱਕ ਵਿਦਵਾਨ ਕਹਿੰਦਾ, ਪਹਿਲਾਂ ਉੱਕਰਦੇ ਸੁਰਮਾ ਸਾਹਿਰ ਰਗੜੇ, ਪਿੱਛੋਂ ਨੈਣਾ ਦੀ ਜੋਤ ਆਬਾਦ ਰੱਖੇ, ਆਪਣੀ ਡਾਬੀ 'ਚ ਰੱਬ ਨੂੰ ਲੱਭ ਲੈਂਦਾ, ਸਬਰ ਸਤ ਸੰਤੋਖ ਜਿਹੜਾ ਸਾਥ ਰੱਖੇ, ਉਹਨੇ ਦੂਜੇ ਨੂੰ ਅਕਲ ਸਿਖਾਵਣੀ ਕੀ, ਜਿਹੜਾ ਆਪਣੇ ਘਰ ਫਸਾਦ ਰੱਖੇ, ਖੇੜੇ ਰਹੇ ਉਹ ਪੰਛੀਆ ਫੁੱਲ ਵਾਂਗ ਰਾਂਝਣੀ, ਕੌਮ ਇਤਿਹਾਸ ਨੂੰ ਯਾਦ ਰੱਖੇ। ਇਤਿਹਾਸ ਕੌਮ ਦੀ ਜਿੰਦ ਜਾਨ ਹੈ, ਇਤਿਹਾਸ ਪੜ੍ਹੋ, ਇਤਿਹਾਸ ਸੁਣੋ, ਇਤਿਹਾਸ ਵਿਚਾਰੋ ਤੇ ਇਤਿਹਾਸ ਨੂੰ ਸਮਝ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰੀਏ। ਮਹਾਰਾਜ ਜੀ ਮਿਹਰ ਕਰਨ, ਅੰਤ ਵਿੱਚ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਾਰੰਵਾਰ ਧੰਨਵਾਦ, ਮਹਾਰਾਜ ਜੀ ਦੇ ਹਜ਼ੂਰੇ ਕੀਰਤਨੀਏ ਔਰ ਮਹਾਰਾਜ ਜੀ ਦੇ ਵਜ਼ੀਰਾਂ ਦਾ ਵੀ ਧੰਨਵਾਦ ਜੀ, ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ਦੇ ਹੋਏ, ਪਿਆਰ ਦਾ ਸਬੂਤ ਦਿੰਦੇ ਹੋਏ, ਚੜ੍ਹਦੀ ਕਲਾ ਨਾਲ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਸਾਹਿਬ ਜੀ, ਗੁਰੂ ਪਿਆਰੇ ਸਾਧ ਸਿੰਘ ਰਾਜ ਵਿੱਚ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਅਸੀਂ ਬਹੁਤ ਹੀ ਧੰਨਵਾਦੀ ਹਾਂ ਸਿੱਖ ਸੁਸਾਇਟੀ ਹੈਰਿਟ ਸਿੱਖ ਸੁਸਾਇਟੀ ਵੱਲੋਂ, ਜੋ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਸੇ ਸੰਦੇ ਵਿੱਚ ਸਾਡੇ ਪਾਸ ਢਾਡੀ ਜਥਾ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਪਾਰਸ ਪਹੁੰਚੇ ਹਨ, ਉਹਨਾਂ ਆਪ ਨੂੰ ਸੰਤਾਂ ਨੂੰ ਇਤਿਹਾਸ ਨਾਲ ਜੋੜਿਆ ਹੈ, ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰੇ ਸਾਧ ਸਿੰਘ ਜੀ, ਹੁਣ ਬੇਨਤੀ ਕਰਦੇ ਹਾਂ ਜਥੇ ਨੂੰ, ਜੋ ਵੀ ਜਥਾ ਗੁਰੂ ਘਰ ਆਉਂਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਇਹਨਾਂ ਨੂੰ ਸਨਮਾਨਿਤ ਕਰਨਗੇ। ਭਾਈ ਸਾਹਿਬ ਸਿੰਘ ਗੁਰਚਰਨ ਸਿੰਘ ਸਿੰਘਾਂ ਨੂੰ ਬੇਨਤੀ ਕਰਦੇ ਹਾਂ, ਉਹ ਇਹਨਾਂ ਨੂੰ ਸਨਮਾਨਿਤ ਕਰਨ ਆ ਕੇ ਸੋ ਸ੍ਰੀ ਅਕਾਲ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਗੁਰੂ ਪਿਆਰੇ ਸਾਧ ਸਿੰਘ ਜੀ, ਸਮੂਹ ਸੰਗਤ ਦਾ ਜਥੇ ਦਾ ਤਹਿ ਦਿਲੋਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਨੂੰ ਚੜ੍ਹਦੀ ਕਲਾ ਨਾਮਦਾਨ ਸਿੱਖੀ ਦਾਨ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਇਹ ਪ੍ਰੋਗਰਾਮ ਨਿਭਾਉਂਦੇ ਰਹਿਣ। ਗੁਰੂ ਪਿਆਰੇ ਸਾਧ ਸਿੰਘ ਜੀ, ਸਾਰੀਆਂ ਸਮੂਹ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ